ਸਿੱਧੂ ਦੀ ਰਿਹਾਈ ਤੇ ਖੁੱਲ ਕੇ ਬੋਲੇ ਪਾਰਟੀ ਪ੍ਰਧਾਨ ਵੜਿੰਗ। ਹਾਂਜੀ ਦੇਖੋ, ਵੜਿੰਗ ਸਾਹਿਬ ਬੋਲੇ ਨੇ, ਰਾਜਾ ਵੜਿੰਗ ਜੀ, ਤੇ ਰਾਜਾ ਵੜਿੰਗ ਜਦੋਂ ਬੋਲਦੇ ਨੇ ਤੇ ਫਿਰ ਆਪਣੇ ਆਪ ਖਬਰ ਜਿਹੜੀ ਆ ਉਹ ਬਣ ਜਾਂਦੀ ਆ। ਦੇਖੋ ਰਾਜਾ ਵੜਿੰਗ ਸਿੱਧੂ ਦੀ ਰਿਹਾਈ ਤੇ ਬੋਲੇ ਆ ਕਿ ਦੇਖੋ ਮੈਂ ਤੇ ਚਾਹੁੰਦਾ ਬਈ ਇਹ 26 ਜਨਵਰੀ ਤੋਂ ਪਹਿਲਾਂ ਹੀ ਆ ਜਾਣ, ਭਾਰਤ ਜੋੜੋ ਯਾਤਰਾ ਚ ਸ਼ਾਮਿਲ ਹੋਣ, ਮੈਨੂੰ ਕੀ ਆ। ਪਰ ਨਾਲ ਉਹਨਾਂ ਨੇ ਇੱਕ ਗੱਲ ਸਪਸ਼ਟ ਕੀਤੀ ਆ ਕਿ ਵੇਖੋ ਕੋਈ ਆਪਣੇ ਪੱਧਰ ਤੇ 100 ਕਾਰ ਖੜੇ, ਕੋਈ 1000 ਕਾਰ ਖੜੇ ਸਿੱਧੂ ਦੇ ਸਵਾਗਤ ਦੇ ਵਿੱਚ, ਪਰ ਪਾਰਟੀ ਨੇ ਕੋਈ ਫੈਸਲਾ ਨਹੀਂ ਕੀਤਾ ਸਵਾਗਤ ਕਰਨ ਦਾ। ਤੇ ਗੱਲ ਤੇ ਇੱਥੇ ਆ ਕੇ ਟਿਕਾਣੇ ਲੱਗਦੀ ਆ ਨਾ। ਮਤਲਬ ਉਹ ਕੀ ਕਹਿ ਰਿਹਾ ਕਿ ਕਿਸੇ ਦਾ ਨਿੱਜੀ ਫੈਸਲਾ ਹੋ ਸਕਦਾ, ਕਿਸੇ ਨੇ ਕਾਫਲਾ ਲੈ ਕੇ ਜਾਣਾ ਜਾਂ ਨਹੀਂ ਲੈ ਕੇ ਜਾਣਾ, ਪਰ ਅਸੀਂ ਪਾਰਟੀ ਪੱਧਰ ਤੇ ਕੋਈ ਵੀ ਪ੍ਰੋਗਰਾਮ ਨਹੀਂ ਉਲੀਕਿਆ। ਤਾਂ ਨਾਲ ਉਹਨਾਂ ਨੇ ਕਿਹਾ ਕਿ ਮੋਦੀ ਦੀ ਸੁਰੱਖਿਆ ਚ ਉਕਾਈ ਲਈ ਪੁਲਿਸ ਹੀ ਜ਼ਿੰਮੇਵਾਰ ਸੀ। ਚਲੋ ਉਹ ਇੱਕ ਵੱਖਰੀ ਗੱਲ ਆ ਜਿਹੜੀ ਉਹਨਾਂ ਨੇ ਪਟਿਆਲਾ ਚ ਕਹੀ। ਪਰ ਕਾਂਗਰਸ ਦੇ ਸੰਦਰਭ ਚ ਇੱਕ ਗੱਲ ਹੋਰ ਉੱਥੇ ਕਾਫੀ ਵੱਡੀ ਬੋਲੀ ਵੜਿੰਗ ਨੇ। ਉਹਨਾਂ ਨੇ ਕਿਹਾ ਕਿ ਪਰਨੀਤ ਕੌਰ ਦੇ ਮਾਮਲੇ ਚ ਬੋਲ ਰਹੇ ਸੀ, ਕਹਿੰਦੇ ਕਿ ਕੋਈ ਧੱਕੇ ਨਾਲ ਮਾਮਾ ਬਣਿਆ ਫਿਰੇ ਤੇ ਫਿਰ ਅਸੀਂ ਕੀ ਕਰੀਏ ਦੱਸੋ। ਮਤਲਬ ਉਹਨਾਂ ਦੇ ਕਹਿਣ ਦਾ ਭਾਵ ਅਰਥ ਇਹੋ ਹੀ ਸੀਗਾ ਕਿ ਪਰਨੀਤ ਕੌਰ ਕਾਂਗਰਸ ਦਾ ਹਿੱਸਾ ਨਹੀਂ ਹਨ, ਪਰ ਜੇ ਕੋਈ ਧੱਕੇ ਨਾਲ ਮਾਮਾ ਬਣਿਆ ਫਿਰੇ ਤੇ ਅਸੀਂ ਕੀ ਕਰੀਏ। ਤਾਂ ਇਹਦਾ ਤੁਸੀਂ ਦੇਖੋ ਕਿ ਕਿੱਡਾ ਮਜ਼ਾਹੀਆ ਜਿਹਾ ਅਰਥ ਨਿਕਲਦਾ ਹੈ ਜੋ ਉਹਨਾਂ ਨੇ ਚੋਟ ਕੀਤੀ ਹੈ। ਤਾਂ ਖੈਰ ਦੇਖੋ ਇਹ ਸਾਫ਼ ਹੈ ਕਿ ਸਿੱਧੂ ਦੇ ਮਾਮਲੇ ਦੇ ਵਿੱਚ ਉਹ ਇਹ ਤੇ ਕਹਿ ਨਹੀਂ ਸਕਦੇ ਕਿ ਰੱਬ ਕਰਕੇ ਸਿੱਧੂ ਬਾਹਰ ਹੀ ਨਾ ਆਵੇ। ਹੁਣ ਇਹ ਤਾਂ ਕਹਿਣਗੇ ਕਿ ਆ ਜਾਵੇ ਬਾਈ, ਵਧੀਆ ਗੱਲ ਹੈ, ਆਪਣੇ ਘਰ ਜਾਵੇ, ਠੀਕ ਆ, ਜਿਹੜੇ ਕੋਈ ਸਵਾਗਤ ਕਰਨਾ ਚਾਹੁੰਦੇ ਨੇ ਉਹ ਕਰ ਲੈਣ। ਪਰ ਅਸਲ ਦੇ ਵਿੱਚ ਕਹਾਣੀ ਕੀ ਹੈ ਕਿ ਰਾਜਾ ਵੜਿੰਗ ਤੋਂ ਲੈ ਕੇ ਬਹੁਤ ਸਾਰੇ ਲੀਡਰ ਜਿਹੜੇ ਆ ਉਹ ਇਸ ਗੱਲ ਨੂੰ ਸਮਝਦੇ ਆ ਕਿ ਜਿਵੇਂ ਹੀ ਨਵਜੋਤ ਸਿੰਘ ਸਿੱਧੂ ਬਾਹਰ ਆਏਗਾ, ਨਵਜੋਤ ਸਿੰਘ ਸਿੱਧੂ ਚੁੱਪ ਨਹੀਂ ਬੈਠਣ ਵਾਲਾ। ਮੈਂ ਖੁਦ ਗੱਲ ਕੀਤੀ ਉਹਨਾਂ ਦੀ ਟੀਮ ਦੇ ਨਾਲ, ਉਹ ਕਹਿੰਦੇ ਬਿਲਕੁਲ ਸਾਡਾ ਖਾਕਾ ਖਿੱਚਿਆ ਪਿਆ ਵਾ, ਸਾਰਾ ਕੁਛ ਉਥੋਂ ਹੀ ਸ਼ੁਰੂ ਕਰਾਂਗੇ ਜਿੱਥੋਂ ਰੁਕਿਆ ਸੀ। ਮਤਲਬ ਕਿ ਅਸੀਂ ਪੰਜਾਬ ਦੇ ਹਿੱਤਕਾਰੀ ਜੋ ਵੀ ਮੁੱਦੇ ਨੇ ਉਹਨਾਂ ਦੀ ਗੱਲ ਪਹਿਲਾਂ ਵਾਂਗ ਚੱਕਾਂਗੇ। ਇੱਥੇ ਇਕਾਨਮੀ ਦੀ ਗੱਲ ਹੋਵੇਗੀ, ਇੱਥੇ ਪੰਜਾਬੀਅਤ ਦੀ ਗੱਲ ਹੋਵੇਗੀ, ਅਸੀਂ ਉੱਥੋਂ ਹੀ ਆਪਣਾ ਚੈਪਟਰ ਜਿਹੜਾ ਸ਼ੁਰੂ ਕਰਾਂਗੇ। ਤਾਂ ਇਹ ਸਾਫ਼ ਹੈ। ਹੁਣ ਉਹ ਇਹ ਵੀ ਕਹਿੰਦੇ ਆ ਕਿ ਕਾਂਗਰਸ ਦੇ ਵਿੱਚ ਰਵਾਂਗੇ ਜੀ ਤੇ ਵੱਡੀਆਂ ਜ਼ਿੰਮੇਵਾਰੀਆਂ ਵੀ ਨਿਭਾਵਾਂਗੇ। ਵੱਡੀਆਂ ਜ਼ਿੰਮੇਵਾਰੀਆਂ ਦਾ ਮਤਲਬ ਕੀ ਹੈ? ਸਾਫ਼ ਹੈ ਕਿ ਸ਼ਾਇਦ ਸਿੱਧੂ ਦਾ ਰੋਲ ਫਿਕਸ ਕੀਤਾ ਜਾ ਚੁੱਕਾ ਹੈ। ਸੁਨੇਹ ਪੱਤਰ ਐਵੇਂ ਨਹੀਂ ਲੱਗੇ, ਕਿਉਂਕਿ ਮਨਪ੍ਰੀਤ ਸਿੰਘ ਬਾਦਲ ਵੀ ਜਾ ਚੁੱਕਾ ਸੀਗਾ ਨਾ, ਮੁਲਾਕਾਤ ਕਰ ਆਇਆ। ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਦੀ ਆਪਸ ਚ ਨਹੀਂ ਬਣਦੀ, ਤੇ ਪਹਿਲਾਂ ਸਿੱਧੂ ਤੇ ਮਨਪ੍ਰੀਤ ਦੀ ਵੀ ਘੱਟ ਬਣਦੀ ਸੀ। ਹੁਣ ਉਹ ਜਿਹੜੀ ਮੁਲਾਕਾਤ ਹੋਈ 1 ਘੰਟੇ ਦੇ ਕਰੀਬ, ਉਹਦੇ ਅਰਥ ਕੱਢੇ ਜਾਂਦੇ ਨੇ ਕਿ ਸ਼ਾਇਦ ਮਨਪ੍ਰੀਤ ਸਿੰਘ ਬਾਦਲ ਕੋਈ ਸੁਨੇਹਾ ਲੈ ਕੇ ਗਿਆ ਤੇ ਕੋਈ ਇਹਨਾਂ ਨੇ ਆਪਣੀ ਜਿਹੜੀ ਅਗਲੀ ਰਣਨੀਤੀ ਉਹ ਲਿਖੀ ਆ। ਉੱਧਰ ਇੱਕ ਚੀਜ਼ ਹੋਰ ਵੀ ਹੈ ਕਿ ਜਿਹੜੇ ਕਾਂਗਰਸ ਦੇ ਵਿੱਚ ਇਸ ਵੇਲੇ ਹਾਸ਼ੀਏ ਤੇ ਆਪਣੇ ਆਪ ਨੂੰ ਸਮਝ ਰਹੇ ਨੇ, ਚਾਹੇ ਉਹਦੇ ਚੋਂ ਕੁਛ ਕੱਢੇ ਵੀ ਹੋ ਸਕਦੇ ਆ, ਧੀਮਾਨ ਵਰਗੇ ਜਾਂ ਕਮਲਜੀਤ ਬਰਾੜ ਵਰਗੇ, ਇਸ ਤੋਂ ਇਲਾਵਾ ਇੱਕ ਵੱਡੀ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਡਿਵੈਲਪਮੈਂਟ ਹੋਈ ਸੀਗੀ ਪਿਛਲੇ ਦਿਨਾਂ ਦੇ ਅੰਦਰ, ਕਿ ਰਜਿੰਦਰ ਕੌਰ ਭੱਠਲ, ਨੱਥੂ ਰਾਮ ਵਰਗੇ ਲੀਡਰ, ਇਹ ਜਾਂ ਤਾਂ ਆਪ ਜਾਂ ਇਹਨਾਂ ਦੇ ਫਰਜ਼ੰਦ ਜਾਂ ਔਲਾਦ ਇਹਨਾਂ ਦੀ ਕਿਤੇ ਨਾ ਕਿਤੇ ਸਿੱਧੂ ਨੂੰ ਮਿਲ ਕੇ ਆਏ ਨੇ ਇਹ। ਤਾਂ ਮਤਲਬ ਕਿ ਜੋ ਇਹ ਸਮਝਦੇ ਆ ਕਿ ਅਸੀਂ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਤੁਰੇ ਆ ਰਹੇ ਹਾਂ, ਅੱਜ ਅਮਰਿੰਦਰ ਸਿੰਘ ਚਲੇ ਗਿਆ ਜਾਂ ਸੁਨੀਲ ਜਾਖੜ ਚਲੇ ਗਿਆ ਜਾਂ ਕੋਈ ਕੱਢ ਦਿੱਤਾ ਗਿਆ, ਪਰ ਸਾਡੀ ਪੁੱਛ ਪ੍ਰਤੀਤ ਖਤਮ ਹੋ ਗਈ। ਕਿਉਂ? ਧੜਿਆਂ ਕਰਕੇ। ਤੋ ਹੁਣ ਸ਼ਾਇਦ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੇਖਣ ਵਾਲੀ ਗੱਲ ਹੋਏਗੀ ਕਿ ਜਿਹੜੇ ਉਹ ਹਾਸ਼ੀਆ ਗ੍ਰਸਤ ਲੋਕ ਆਪਣੇ ਆਪ ਨੂੰ ਸਮਝ ਰਹੇ ਨੇ, ਜੇ ਉਹ ਵੀ ਸਿੱਧੂ ਦੀ ਅਗਵਾਹੀ ਕਬੂਲ ਲੈਂਦੇ ਆ ਤਾਂ ਸਿੱਧੂ ਦੀ ਫਰਜ਼ ਕਰੋ ਕਿ ਜ਼ਿੰਮੇਵਾਰੀ ਜਿਹੜੀ ਆ ਉਹ ਨਹੀਂ ਫਿਕਸ ਹੁੰਦੀ ਕੋਈ, ਤਾਂ ਫਿਰ ਨਵਜੋਤ ਸਿੰਘ ਸਿੱਧੂ ਲਈ ਤਾਂ ਠੀਕ ਠਾਕ ਹੀ ਆ ਕੰਮ, ਉਹ ਤਾਂ ਆਪਣੇ ਫੈਸਲੇ ਲੈਣ ਲਈ ਆਜ਼ਾਦ ਹੈ, ਪਰ ਕਾਂਗਰਸ ਵਾਸਤੇ ਇੱਕ ਬਿਪਤਾ ਦੀ ਘੜੀ ਫਿਰ ਆਏਗੀ। ਤਾਂ ਇਹੋ ਲੱਗਦਾ, ਜਿੰਨਾ ਕੁ ਮੈਂ ਸਮਝਦਾ ਇਸ ਚੀਜ਼ ਨੂੰ, ਕਿ ਸ਼ਾਇਦ ਹਾਈਕਮਾਨ ਇਕੱਠੇ ਹੀ ਤੋਰਨ ਦਾ ਯਤਨ ਕਰੇਗੀ ਤੇ ਨਵਜੋਤ ਸਿੰਘ ਸਿੱਧੂ ਨੂੰ ਹੀ ਅੱਗੇ ਇੱਕ ਤਰ੍ਹਾਂ ਨਾਲ ਲਾਏਗੀ ਕਿ ਬਾਈ ਸਾਰਿਆਂ ਨੇ ਆਪੋ ਆਪਣੇ ਪੱਧਰ ਤੇ ਕੰਮ ਹੁਣ ਕਰ ਲਿਆ, ਸਾਰਿਆਂ ਨੇ ਜ਼ਿੰਮੇਵਾਰੀਆਂ ਨਿਭਾ ਕੇ ਦੇਖ ਲਈਆਂ, ਤਾਂ ਹੁਣ ਸਿੱਧੂ ਨੂੰ ਫ੍ਰੀ ਹੈਂਡ ਦੇ ਕੇ ਤੇ ਫਿਰ ਦੇਖਦੇ ਹਾਂ ਕਿ ਠੋਕੋ ਤਾੜੀ ਹੁੰਦੀ ਹੈ ਕਿ ਨਹੀਂ ਹੁੰਦੀ। ਤਾਂ ਲੱਗਦਾ ਇਹੋ ਆ ਕਿ ਨਵਜੋਤ ਸਿੰਘ ਸਿੱਧੂ ਦਾ ਰੋਲ
रहेगा, वड्डा रोल रहेगा जो कांग्रेस च रहेगा। जे रोल नहीं है तो मैनू नहीं लगता कि कांग्रेस दे विच नवजोत सिंह सिद्धू रहेगा, पर इहदा इमकान घट है। सो इस करके काफी जिदा कह लिए कि कांग्रेसी ही नजरां नाल देख रहे आ कि जिदन सिद्धू आएगा उस तो बाद की बनता है। जी जी जी